लो जी कणक बढ़ ली तूड़ी भी बना ली, कणक बढ़ ली तूड़ी तूड़ी भी बना ली, कर ली दूजी फसल की तैयारी। आ गए नरमे से मुड़ के फिर देखते हैं भी ऐसी नरमा परमात्मा कृपा ना होगा कि पिछली हाल होगा। लागे बहन बहन सुफर कर लागे दूसरा ट्रैक्टर भी मर के तुरदा जिसे बहन चला निकलना फड़ के खड़ा करिया दूजी खेती नहीं लागे भाई ना जट्टा ना कहिंदा खुदकुशी वाली गल नहीं करनी ये फसल आउंदी जांदी रहिंदी आ। चलो की हो गया जी इक्की कणक घट हो गई बाबे की कृपा नाल गाहली फसल ਤਾਂ ਚਲਾਈਏ ਵਾਹਿਗੁਰੂ ਦਾ ਨਾਂ ਲੈ ਕੇ ਉਹ ਸੱਚੇ ਰੱਬ ਦਾ ਨਾਂ ਲੈ ਕੇ ਚਲਾਈਏ ਕੰਮ। ਇੱਧਰ ਮੁੰਡਾ ਆਪਣਾ ਮਿਹਨਤ ਆ ਭਤੀਜ ਆਪਣਾ ਭਤੀਜ ਇੱਧਰ ਘੈਂਟ ਬੰਦਾ ਇਹ ਵੀ ਘੈਂਟ ਦੱਬੀ ਤੁਰ ਰਹਿੰਦਾ ਆਖ ਲਿਆ ਸੀ ਪੁੱਤ ਖਾਲੀਆਂ ਪਟ ਦੂ ਹੁਣ ਤਾਂ ਫਿਰ ਮੱਥਿਆਂ 'ਤੇ ਦੱਬੀਆਂ ਪਹਿਲੇ ਤੈਨੂੰ ਕੱਟ ਲੱਗਦੀਆਂ ਹੋਣਗੀਆਂ ਬਠਿੰਡਾ ਮਾਨਸਾ ਪਿਛੜਿਆ ਹੋਇਆ ਰਹਿ ਗਿਆ ਪਿਛੜਿਆ ਹੋਇਆ ਇੱਦਾਂ ਰਹਿ ਗਿਆ ਪਿਛਲੀ ਵਾਰ ਨਰਮਾ ਹੋਇਆ ਨੀ ਬਿਲਕੁਲ ਨਹੀਂ ਹੋਇਆ ਤੁਹਾਨੂੰ ਪਤਾ ਵੀ ਤਕਰੀਬਨ ਸੁਣਦੀ ਨੇ ਮਾਰਤਾ ਫਿਰ ਸੱਟਾ ਲਾਉਣ ਜਾ ਰਹੇ ਲੋਕ ਮੈਚਾਂ 'ਤੇ ਕ੍ਰਿਕਟਾਂ 'ਚ ਕਬੱਡੀਆਂ 'ਤੇ ਹਰ ਇੱਕ ਚੀਜ਼ 'ਤੇ ਸੱਟਾ ਲਾਉਂਦੇ ਆ ਜਿਹੜੀ ਮੰਨ ਕੇ ਚੱਲ ਵੀ ਇੱਕ ਦਿਨ ਦਾ ਰਿਜ਼ਲਟ ਹੁੰਦਾ ਵੱਧ ਤੋਂ ਵੱਧ ਦੋ ਦਿਨਾਂ ਦਾ ਰਿਜ਼ਲਟ ਲਾ ਲਓ ਜਾਂ 20 ਦਿਨਾਂ ਦਾ ਰਿਜ਼ਲਟ ਲੈ ਲਓ ਵੀ 20 ਦਿਨਾਂ ਬਾਅਦ ਦੁੱਗਣੇ ਮਿਲ ਜਾਂਦੇ ਜਾਂ ਉੱਡ ਜਾਂਦੇ ਆ ਅਤੇ ਜੱਟ 8 ਮਹੀਨਿਆਂ ਨਰਮਾ ਦੀ ਖੇਤੀ ਆ 8 ਮਹੀਨੇ ਫਿਰ ਇੱਦਾਂ ਹੀ ਕੱਢਣੇ ਹੋਣਗੇ ਖੇਤੀ 'ਚ। ਚਲੋ ਦੇਖਦੇ ਹਾਂ ਗਾਹਾਂ ਤਵੀਆਂ ਮਾਰ ਕੇ ਫਿਰ ਕਰਾਹ ਵੀ ਲਾਵਾਂਗੇ ਕਰਾਂਗੇ ਜੁਗਾੜ ਫਿਰ ਜਾ ਕੇ ਪਾਉਂਦੇ ਹਾਂ ਦੇਖਦੇ ਹਾਂ ਕੀ ਬਣਦਾ। ਮੁੰਡਿਆ ਆਹ ਡਿੱਬਾ ਕਿਹੜਾ ਆ ਗਿਆ ਆਹ ਡਿੱਬਾ ਇਹ ਬਗਿਆੜ ਟਿੱਬਾ ਆ ਗਿਆ ਇਹ ਕਿਹੜਾ ਟਿੱਬਾ ਬਗਿਆੜ ਟਿੱਬਾ ਉਹ ਸੀ ਬਗਿਆੜ ਟਿੱਬਾ ਜੀ ਇਹਨੂੰ ਬੋਲਦੇ ਆ ਬਗਿਆੜ ਬਗਿਆੜ ਟਿੱਬਾ ਹੱਦਾ ਇਹ ਜਿਹੜੇ ਘਰ ਪਏ ਜਿਹੜੇ ਇੱਥੇ ਤੱਕ ਪਿਛਲੇ ਮੀਂਹ ਦੇ ਇੱਕ ਗੱਲ ਆਈ ਤੀ ਸਾਰੇ ਕਿਸਾਨ ਭਰਾਵਾਂ ਨੂੰ ਮੰਨਣੀ ਪਊ ਆਈ ਵਾਰ ਮੀਂਹ ਪੈਂਦਾ ਰਿਹਾ ਗਾ ਅਤੇ ਆਪਾਂ ਕਹਿ ਦਿੰਦੇ ਸੀ ਰੱਬ ਨੇ ਫਸਲਾਂ ਮਾਰਤੀਆਂ ਇੱਦਾਂ ਕਰਤਾ ਆਏ ਸਰ ਕਣਕਾਂ ਵੱਧਦੀਆਂ ਸੀ ਅਤੇ ਐਤੀ ਮੀਂਹ ਨਹੀਂ ਪਿਆ ਸਭ ਤੋਂ ਵੱਡਾ ਨੁਕਸਾਨ ਤਾਂ ਅੱਗਾਂ ਜ਼ਿਆਦਾ ਲੱਗੀਆਂ ਹੈਗੀਆਂ ਕਿਉਂਕਿ ਗਰਮੀ ਪਈ ਆ ਜਦੋਂ ਮੀਂਹ ਪਿਆ ਹੁੰਦਾ ਲੋਹਾ ਵੀ ਠੰਡਾ ਰਹਿੰਦਾ ਵਾਹਣ ਵੀ ਠੰਡੇ ਹੁੰਦੇ ਥੱਲੋਂ ਸਭ ਕੁਛ ਹੀ ਹੁੰਦਾ ਇੰਨੀ ਜ਼ਿਆਦਾ ਗਰਮੀ ਸੀ ਸਭ ਤੋਂ ਵੱਡੀ ਗਰਮੀ ਦੀ ਵਜ੍ਹਾ ਮੀਂਹ ਸੀ ਜੇ ਮੀਂਹ ਪੈਂਦਾ ਕੁਛ ਨਾ ਕੁਛ ਮੰਨ ਕੇ ਚੱਲ ਕਣਕਾਂ ਹੀ ਵੱਧਦੀਆਂ ਅਤੇ ਅੱਗ ਵੀ ਨਹੀਂ ਲੱਗਦੀ ਸੀ ਪਿਛਲੇ ਸਾਲ ਬਹੁਤ ਘੱਟ ਅੱਗਾਂ ਲੱਗੀਆਂ ਉਦੋਂ ਪਿਛਲੇ ਸਾਲ ਉਦੋਂ ਵੀ ਬਹੁਤ ਘੱਟ ਅੱਗਾਂ ਲੱਗੀਆਂ ਪਰ ਐਤੀ ਸਭ ਤੋਂ ਜ਼ਿਆਦਾ ਅੱਗ ਲੱਗੀ ਹੈ ਕਿਉਂ ਲੱਗੀ ਆ ਕਿਉਂਕਿ ਮੌਸਮ ਜ਼ਿਆਦਾ ਖੁਸ਼ਕ ਰਿਹਾ ਤੱਤੀਆਂ ਹਵਾਵਾਂ ਚੱਲਦੀਆਂ ਰਹੀਆਂ ਹੀ ਆ ਠੀਕ ਹੈ ਨਾ ਇਹ ਚੀਜ਼ਾਂ ਲਓ ਜੀ ਹੋ ਖੜੀ ਆ ਕਰਨੀ ਵਾਲੀ ਮਸ਼ੀਨ ਪਤਾ ਨਹੀਂ ਕੀ ਹੋ ਗਿਆ ਨਾਲ ਲੱਗਿਆ ਪਿਆ ਗਾ ਅਤੇ ਇੱਥੋਂ ਘੱਟੋ ਘੱਟ ਉਹ ਤਕਰੀਬਨ ਗੁਰਾਂ ਦੀ ਬਣੀ 10 ਕਿੱਲੇ ਵਾਹੀ ਤੋਂ ਉੱਤੇ ਹੋਊਗਾ ਐਡੀ ਜੂਮ ਨਹੀਂ ਤਕੜੀ ਹੈਗੀ ਫੋਨ ਦੀ ਹਿਸਾਬ ਨਾਲ ਵੀ ਹੋ ਗਿਆ ਆਹ ਨੋਰਮਲ ਆ ਆਹ ਇੱਥੇ ਆ ਗਿਆ ਅਤੇ ਜਦੋਂ ਐਂ ਖਿੱਚਦੇ ਹਾਂ ਇੱਥੇ ਆ ਗਿਆ ਅਤੇ ਇੱਧਰ ਹੋ ਚੱਲੀ ਜਾਂਦੀ ਹੈ ਇਹ ਵੀ ਚਾਚ ਦੇ ਪੁੱਤ ਦੀ ਹੈ ਤੂੜੀ ਵਾਲੀ ਇਹ ਸਾਡਾ ਬੰਦਾ ਵੀ ਬੰਬਲਾ ਜੱਟ ਆ ਯਾਰ ਬੇਪਰਵਾਹ ਬੰਦਾ ਯਾਰ ਟੈਨਸ਼ਨ ਹੀ ਕੋਈ ਨਹੀਂ ਕਿਸੇ ਚੀਜ਼ ਦੀ ਟੈਨਸ਼ਨ ਹੋਵੇ ਜਮਾਂ ਯਾਰ ਬੰਦੇ ਹੁੰਦੇ ਆ ਚਲੋ ਸੁਣ ਦਿਖਾਉਂਦੇ ਹਾਂ ਬੰਦੇ ਹੁੰਦੇ ਆ ਆਖੋ ਕੋਈ ਨਹੀਂ ਫਿਰ ਕਿਉਂ ਗਿਆ ਇਹ ਬੰਦਾ ਉਹ ਬੰਦਾ ਗਾ ਜਿਹਦਾ ਕੋਈ ਮਨ ਟੈਨਸ਼ਨ ਨਹੀਂ ਨੋ ਟੈਨਸ਼ਨ ਨਾ ਟੈਨਸ਼ਨ ਲੈਵੇ ਪਹਿਲਾ ਇਹ ਟਰੈਕਟਰ ਆ ਇਹ 14 ਮਾਡਲ ਟਰੈਕਟਰ ਆ ਇਹ ਬੰਦੇ ਨੇ ਬਿਨ ਸ਼ੋਅ ਤੋਂ ਚਲਾਇਆ ਅੱਜ ਤੱਕ ਤੂੜੀ ਵਾਲੀ ਰੀਪਰ 'ਤੇ ਦਿਖਾਉਂਦੇ ਹਾਂ
ਤੁਡਿਆਈ ਰੀਪਰ ਤੇ ਬਿਨ ਸ਼ੋਅ ਤੋਂ ਚਲਾਇਆ ਲਾਹੀ ਤੋਂ, ਨਾ ਇਹਦੇ ਟਰੈਕਟਰ ਨੇ ਤੱਕ ਰੇਤਾ ਖਿੱਚਿਆ, ਨਾ ਇਹਦੇ ਟਰੈਕਟਰ ਅੱਜ ਤੱਕ ਗਰਮ ਹੋਇਆ, ਨਾ ਇਹਦੇ ਟਰੈਕਟਰ ਨੂੰ ਅੱਜ ਕੱਲ੍ਹ ਬਾਲਾ ਵੱਜਿਆ, ਅਤੇ ਟਰੈਕਟਰ ਕੋਕਾ ਗਾ, ਕੋਕਾ ਜਾ ਪੰਜਾਹ ਪੰਜਾਹ ਡੀ ਹੈ, ਬੈਲਟ ਬਾਬ ਮਾਲ ਨਹੀਂ ਲੈਂਦੀ, ਲੋ ਜੀ ਚੱਲੀ ਜਾਂਦੀ ਆ ਰਿਪੇਅਰ ਮਸ਼ੀਨ ਦੀ, ਧੁੱਪ ਫਿਰ ਕੱਢਿਆ ਪੈ ਸੂਰਜ ਹੈ ਨਾ, ਓਏ ਗਰਮੀ ਹੋ ਗਈ ਦਿੱਲੀ ਵਾਲੇ ਹੈ ਨਾ, ਮੇਰੇ ਸਾਲੇ ਨੇ ਬੈਲਡਿੰਗ ਕਰਾਤੀਆਂ ਘੰਟਾ ਛਤਰੀ ਦਾ। ਲਓ ਜੀ ਆ ਗਏ ਸ਼ੋਪ ਤੇ ਜੀ, ਆਪਣਾ ਭਰਾ ਕਾਕਾ ਸੰਦੀਪ, ਮਾੜੀ ਮੋਟੀ ਸ਼ੋਪ ਆ ਜੀ ਮਾਈਆਂ ਦੀ, ਤੇ ਬੀ ਲੈ ਲਿਆ ਆਪਾਂ ਆਹ ਨਰਮੇ ਦਾ, ਆ ਕੇ 6 ਮਹੀਨਿਆਂ ਦਾ ਸੱਟਾ ਫੇਰ ਲਾਉਣ ਲੱਗੇ ਆ ਲੋਕ, ਮੈਚ ਤੇ ਸੱਟਾ ਲਾਉਂਦੇ ਆ 3-4 ਘੰਟਿਆਂ ਪਤਾ ਲੱਗ ਜਾਂਦਾ ਕੁੱਲ ਚੀਜ਼ਾਂ ਤੇ, ਹਾਂ 2 ਦਿਨਾਂ 'ਚ ਆਹ ਫਿਰ ਸੱਟਾ ਲਾਉਣ ਲੱਗੇ ਜੀ। ਰਾਸ਼ੀ ਲੈ ਲਿਆ ਜੀ 776 ਰਾਸ਼ੀ ਦਾ, 76.5 ਆ ਤੇ 810 ਰੁਪਏ ਦਾ ਰੇਟ, ਦੇਖੋ ਵੀ ਕਿੰਨੇ ਦੇਣਗੇ ਪਤਾ ਕਰਦੇ ਹਾਂ, ਬਾਕੀ ਜੱਟ ਦੀ ਆ ਕਿਸਮਤੀ ਇੱਦੀ ਆ, ਵੱਧ ਹੀ ਮਿਲਦਾ ਹੁੰਦਾ ਘੱਟ ਦਾ ਵੀ ਮਿਲਦਾ ਨਹੀਂ ਗਾ। 76 ਲੈ ਲਿਆ ਜੀ। ਲਓ ਜੀ ਸੇਠ ਜੀ ਦੇ ਦਿਓ ਜੀ 3 ਬੋਰੀਆਂ DAP ਦੀਆਂ, 3 ਪੋਟਾਸ ਦੀਆਂ, 3 ਬੋਰੀਆਂ DAP ਦੀਆਂ ਲੈਣੀਆਂ, 3 ਪੋਟਾਸ ਦੀਆਂ ਥੱਲੇ ਸੁੱਟਾਂਗੇ ਜੀ, DAP ਤਾਕਤ ਦਊਗੀ ਅਤੇ ਪੋਟਾਸ ਰੇਸ਼ਾ ਅਤੇ ਫਸਲ ਦਾ ਰੰਗ ਚੰਗਾ ਬਣਾਉਂਦੀ। ਲਓ ਜੀ ਨਰਮੇ ਦੀ ਫਿਰ ਤਿਆਰੀ ਹੋ ਗਈ, DAP ਧਰ ਲਈ, ਪੋਟਾਸ ਧਰ ਲਿਆ, ਚੱਲਿਆ ਖੇਤ ਜਾ ਕੇ ਸੁੱਟਾਂਗੇ ਫਿਰ ਦੇਖਦੇ ਹਾਂ ਕੀ ਬਣਦਾ। ਲਓ ਜੀ ਕੰਮ ਸਾਰੇ ਕਰੀਦੇ ਆ, ਬੱਕਰੀਆਂ ਵੀ ਰੱਖੀਆਂ ਹੋਈਆਂ, ਤੈਨੂੰ ਤੱਕਿਆ ਹੋਰ ਹੋਰ ਕੀ ਹਾਲ ਚਾਲ ਨੇ, ਜਮਾ ਕਿਰਪਾ ਕੀ ਸਮਾਨ ਖਾਧਾ ਹੋਰ, ਡੋਡੇ ਖਾ ਕੇ ਬੰਦਾ ਗਲਤੀ ਤਾਂ ਨਹੀਂ ਕਰਦਾ, ਦਾਰੂ ਪੀ ਕੇ ਤਾਂ ਗਲਤੀ ਹੋ ਜਾਂਦੀ, ਹਾਂ ਡੋਡੇ ਪੀ ਖਾ ਕੇ ਇਹ ਕੰਮ ਕਰਾਉਂਦਾ, ਇਹ ਡੋਡੇ ਕੰਮ ਕਰਾਉਂਦੇ ਆਉਂਦੇ, ਹੁਣ ਉਹਦੇ ਖਾਧੇ ਦੇ ਕਿਵੇਂ ਲੱਗਿਆ ਪੈਣਾ, ਹੈਂ ਲਾਫਿਆ ਖੜਾ ਨਾ, ਵਾ ਫੇਰ ਠੀਕ ਆ ਲੈ ਭਾਦੋਂ ਤੇ ਭਾਦੋਂ ਆਉਣੇ ਆ, ਗਿੱਲਾ ਕਰਕੇ ਲਿਆਉਣਾ ਪੈਂਦਾ ਇੱਥੇ, ਅੰਦਰ ਦੀ ਪੌੜੀ ਚੜਾਉਣੀ ਯਾਰ, ਲਓ ਜੀ ਪਾਣੀ ਛਿੜਕ ਲਾ, ਓਏ ਸੁੱਕਾ ਹੋ ਰਣੇ ਰਣੇ ਉਲਟਾ ਚਲ ਉਲਟਾ ਉਲਟਾ ਰਣੇ, ਓਏ ਰਣੇ ਪਾਣੀ 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 ਛਿੜਕੇ ਤੇ ਸੁੱਕਾ, ਹੋਰ ਤੁਸੀਂ ਸਿੱਟੋ ਮੈਂ ਬਾਣ ਬਾਦੂ, ਫਿਰ ਮੈਨੂੰ ਕੋਹਨੂੰ ਲਪੇਟ ਦੇਵਾਂਗਾ, ਨਰਮਾ ਬੀਜਾਂਗੇ, ਨਰਮਾ ਤੁਹਾਨੂੰ ਦੱਸ ਰਿਹਾ ਵੀ ਨਰਮੇ ਦੀ ਤਿਆਰੀ ਕਿੱਦਾਂ ਹੋ ਰਹੀ ਆ, ਨਰਮਾ ਪਹਿਲੀ ਫਸਲੀਆਂ ਕਰਾ ਦਿੰਦਾ ਗਾ।
फिर रल लग गई रे अन्ना कर दी बहन अन्ना अन्ना कर दी बहन अन्ना और चलो लिया चल मुर्ग अन्ना कर दी अन्ना लो जी मुंडे कहना नरमा थोड़ी रेता दिता गा यार रेता बह के हेमंत हार ही पई है जमा जमा हेमंत हार की दो पैसे का तो एक पैसे दिया दो पैसे करा ਅੱਗ ਲੱਗੀ ਪਈ ਆ ਬਜਾ ਲੈਂਦੇ ਵੀ ਲਾਈ ਕਿਉਂ ਸੀ ਲਓ ਜੀ ਆਹ ਵੀ ਇੱਕ ਪੜਾਕ ਆ ਨਰਮਾ ਬੀਜਣ ਦਾ ਕੁਝ ਮੇਰੇ ਭਰਾ ਰੌਣੀ ਕਰਕੇ ਬੀਜਦੇ ਜਿਵੇਂ ਉਹ ਥੱਲੇ ਰੌਣੀ ਹੋਈ ਜਾਂਦੀ ਆ ਤੇ ਆਹ ਸਭ ਤੋਂ ਬੈਟਰ ਚੀਜ਼ ਆ ਸੁੱਕੇ ਚ ਬੀਜਣਾ ਸੁੱਕੇ ਬੀਜਣ ਦਾ ਇੱਕ ਵੱਖਰੀ ਸਫਾਦਾ ਬੈਡਨ ਦੇ ਬੀਜਣ ਦਾ ਵੀ ਨਰਮਾ ਮੱਚਦਾ ਨਹੀਂ ਤੇ ਨਰਮੇ 'ਚ ਕੱਖ ਬਹੁਤ ਘੱਟ ਹੁੰਦੇ ਆ ਕਿਉਂਕਿ ਥੱਲੇ ਥੱਲੇ ਪਾਣੀ ਫਿਰਨਾ ਤੇ ਥੱਲੇ ਤਾਂ ਸਾਰਾ ਕੋਲ ਰਹਿਣਾ ਵੱਢ ਲੋਟ ਅੱਜ ਬੈੱਡ ਬਣਾ ਰਹੇ ਹਾਂ ਆਪਾਂ ਤੇ ਕੱਲ ਨੂੰ ਬੜੇਵੇਂ ਲਵਾਵਾਂਗੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਵੀ ਕਿੱਦਾਂ ਕੀ ਕੁਛ ਆ ਕੋਈ ਬਾਹਲੀ ਵੱਡੀ ਚੀਜ਼ ਨਹੀਂ ਉਹੀ 11 ਹਾਲਾਂ ਵਾਲਾ ਸੋਰੀ 9 ਹਾਲਾਂ ਵਾਲਾ ਫਾਂਟਾ ਬਣਾਇਆ ਹੋਇਆ ਹੈ ਐਂ ਰੱਖ ਮੜਾ ਇੱਧਰ ਨੂੰ ਰੱਖਿਆ ਕਰ ਬਸ ਠੀਕ ਆ ਦੇਖ ਕੇ ਰੱਖੀ ਉਹੀ ਜਗਾੜ ਬਣਾਇਆ ਹੋਇਆ ਐਂ ਰੱਖ ਮੜਾ ਨੇੜੇ ਇੱਦਾਂ ਹੀ ਆ ਜਗਾੜ ਬਾਹਣ ਦਿਖਾਇਆ ਬਣਾ ਕੇ ਰੱਖਿਆ ਪਿਆ ਕਰਚੇ ਕੁਰਚੇ ਵਿੱਚ ਵਾਹੇ ਆ ਤਿੰਨ ਤਰੀਆਂ ਮਾਰੀਆਂ ਇੱਕ ਹਲ ਮਾਰਿਆ ਇੱਕ ਸੁਹਾਗਾ ਮਾਰਿਆ ਦੋ ਵਾਰੀ ਕਰਾਮ ਮਾਰਿਆ ਚ ਇਹਦਾ ਕਹਿੰਦੇ ਗਰਵਾ ਜੈਲਦਾਰ ਫਿਰਦਾ ਗਰਵਾ ਜੈਲਦਾਰ ਖੁੱਲ ਹੀ ਜਾਂਦਾ ਪਾਣੀ ਜਮਾ ਤੂੰ ਗਲਤੀ ਕਰ ਗਿਆ ਚ ਕਰਾ ਲਵਾਉਣਾ ਸੀ ਕੀ ਅੱਜ ਲੱਗ ਗਿਆ ਹੁੰਦਾ ਲਓ ਜੀ ਬੱਟ ਚ ਬਿੰਗ ਪਾਤਾ ਮੈਨੂੰ ਲੱਗਦਾ ਮੁੰਡੇ ਨੇ ਮੇਰਾ ਸਾਰਾ ਲੱਤਾਂ 'ਚ ਵੱਜਦਾ ਰੇਤਾ ਐਂ ਉੱਡਦਾ ਮਗਰ ਲੈ ਸਹੀ ਹੈ ਜਿਹੜੇ ਬੈੱਡ ਬਾਹਲੇ ਵੱਡੇ ਬੈੱਡ ਵੀ ਫਿਰ ਧੱਕਾ ਕਰਦੇ ਆ ਵਾਹ ਬਣਾ ਕੇ ਰੱਖਿਆ ਸੀ ਜਮਾਂ ਇੱਕ ਨੰਬਰ ਸਪੈਸ਼ਲ ਮੈਂ ਇਹੀ ਵੇਖਣਾ ਹੈਗਾ ਵੀ ਕਿੱਦਾਂ ਕਿਆ ਜਗਾੜ ਆ ਲਓ ਜੀ ਚੱਲ ਪਈ ਮਿਹਨਤ ਬੈੱਡ ਬਣ ਗਏ ਆਲੂ ਵਾਲਾ ਕੰਮ ਜਾਣੇ ਇਹਨਾਂ ਦਾ ਨਾ ਆਲੂ ਹੀ ਆ ਆਲੂ ਲਾ ਲਓ ਮੱਕੀ ਲਾ ਲਓ ਜੋ ਕੁਛ ਮਰਜ਼ੀ ਲਾ ਲਓ ਉਹੀ ਕੰਮ ਆ ਬਸ ਉੱਦਾਂ ਹੀ ਆ ਬਸ ਇੰਨਾ ਵੀ ਇਹ ਹੱਥੀਂ ਲਾਉਣਾ ਪੈਂਦਾ ਗਾ ਮੱਕੀ ਨੂੰ ਮਸ਼ੀਨ ਵੇਚ ਦਿੰਦੀ ਆਲੂਆਂ ਨੂੰ ਮਸ਼ੀਨ ਵੇਚ ਦਿੰਦੀ ਆ ਨਰਮਾ ਹੱਥੀਂ ਲਾਉਣਾ ਪਊਗਾ ਸਾਰਾ ਤੁਹਾਨੂੰ ਦਿਖਾਵਾਂ ਕਿਵੇਂ ਲੱਗਦਾ ਲਓ ਦੇਖੋ ਜੀ ਇੱਦਾਂ ਲੱਗਦੇ ਆ ਬੜੇ ਮੇ ਇਹ ਝੁੰਡੀਆਂ ਨਾਲ ਆ ਇਕੱਲੀ ਇਕੱਲੀ ਵੱਟ 'ਤੇ ਤੁਰ ਕੇ ਜਾਇਆ ਗਾ ਅਤੇ ਅਸੀਂ ਹੁਣ ਵੱਟ ਮੁੱਢਾ ਮਾਢੇ ਬੰਨੇ ਹਾਂ ਵੱਟਾਂ ਵੱਟਾਂ ਬੰਨੀਆਂ ਹੈਗੀਆਂ ਬੀਜੀ ਆ ਨੇ ਨਰਮਾ ਬਸ ਤੁਹਾਨੂੰ ਦਿਖਾਉਂਦੇ ਹਾਂ ਲਾਉਣ ਲੱਗਣ ਦੇ ਉਹਨਾਂ ਨੂੰ ਉਹ ਫਿਰਦੇ ਆ ਇੱਧਰੋਂ ਤੁਰਿਆ ਗਰਮੀ ਹੋ ਗਈ ਪੈਰ ਮੱਚਦੇ ਹੋਣਗੇ